ਅਕਾਲ ਜੀ। ਅੱਛਾ ਅੱਛਾ ਅੱਛਾ, ਤੁਹਾਡੇ ਨਹੀਂ ਹੋਏ? ਤੁਹਾਡਾ ਨੇੜੇ ਹੀ ਹੈ ਜੀ ਉੱਥੇ। ਕਰ ਲਈਏ ਜੀ, ਕਰ ਲਈਏ ਜੀ ਸ਼ੁਰੂ ਜੀ। ਸਭ ਦਾ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਫੋਰ ਕਮਿੰਗ। ਅੱਜ ਇਸ ਲਈ ਤੁਹਾਨੂੰ ਯਾਦ ਕੀਤਾ ਕਿਉਂਕਿ ਮੈਂ ਅੱਜ ਇਹ ਗੱਲ ਪੂਰੇ ਸਪਸ਼ਟ ਤਰੀਕੇ ਨਾਲ ਕਹਿ ਸਕਦਾ ਕਿ ਸਰਕਾਰ ICU 'ਚ ਆ, ਗਵਰਨੈਂਸ ਦਾ ਕੋਲੈਪਸ ਬੜੇ ਚਿਰ ਤੋਂ ਤੁਸੀਂ ਦੇਖ ਰਹੇ ਸੀ। ਲੈਫਟ ਹੈਂਡ ਡਜ਼ ਨਾਟ ਨੋ ਵਾਟ ਦਾ ਰਾਈਟ ਹੈਂਡ ਇਜ਼ ਡੂਇੰਗ। ਇੱਕ ਮੰਤਰੀ ਕੁਛ ਕਹਿੰਦਾ, ਦੂਜਾ ਕੁਛ ਕਹਿੰਦਾ, ਤੀਜਾ ਕੁਛ ਕਹਿੰਦਾ। ਸਰਕਾਰ ਦਾ ਇਹ ਨਹੀਂ ਪਤਾ ਲੱਗ ਰਿਹਾ ਸੀ ਕਿ ਸਰਕਾਰ ਆ ਰਹੀ ਹੈ ਕਿ ਜਾ ਰਹੀ ਹੈ। ਜੇ ਤੁਸੀਂ ਕਿਸੇ ਵੀ ਸਧਾਰਨ ਬੰਦੇ ਤੋਂ ਪੁੱਛੋ ਕਿ ਸਰਕਾਰ ਦੀ ਕਾਰਗੁਜ਼ਾਰੀ ਕੀ ਹੈ, ਤੇ ਅੱਗੋਂ ਕਹਿੰਦਾ ਭੰਬਲ ਭੂਸਾ। ਅੱਜ ਮੈਂ ਸਪਸ਼ਟ ਤੌਰ ਤੇ ਕਹਿ ਸਕਦਾ, ਜਿਹੜੇ ਕੱਲ ਇਹ 6 ਐਡਵਾਈਜ਼ਰ ਲਾਏ ਹੈ, ਇਹ ਸਰਕਾਰ ICU 'ਚ ਹੈ, ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ, ਵੈਂਟੀਲੇਟਰ ਤੇ ਲੱਗ ਗਈ ਹੈ, ਔਰ ਇਹ ਉਹ ਸਮੇਂ ਨੂੰ ਯਾਦ ਕਰਾ ਰਹੀ ਹੈ ਜਦੋਂ ਬੀਬੀ ਭੱਠਲ ਤੇ ਕੈਪਟਨ ਅਮਰਿੰਦਰ ਸਿੰਘ ਦੀ ਖਿੱਚੋ ਤਾਣ ਵਾਲਾ ਸਮਾਂ 2004 'ਚ ਪੈਦਾ ਹੋਇਆ ਸੀ। ਮੈਨੂੰ ਇਹ ਨਹੀਂ ਸਮਝ ਆਉਂਦੀ, ਸਰਕਾਰ, ਪੰਜਾਬ ਦੀ ਸਰਕਾਰ ਨੂੰ ਏਡਾ ਸਪਸ਼ਟ ਤੇ ਏਡਾ ਵੱਡਾ ਬਹੁਮਤ, ਔਰ ਬਹੁਮਤ ਮਿਲਿਆ ਕਾਹਦੇ ਤੋਂ? ਇਸ ਗੱਲ ਤੇ ਮਿਲਿਆ ਕਿ ਅਸੀਂ ਸੋਸ਼ਲ ਵੈਲਫੇਅਰ ਸਕੀਮਾਂ ਗਰੀਬਾਂ ਲਈ ਕੀ ਕਰਾਂਗੇ, ਨੌਜਵਾਨਾਂ ਨੂੰ ਘਰ ਘਰ ਨੌਕਰੀ ਦੇਵਾਂਗੇ, ਖੇਤ ਮਜ਼ਦੂਰ ਤੇ ਕਿਸਾਨ ਖੁਦਕੁਸ਼ੀ ਨੂੰ ਰੋਕਣ ਵਾਸਤੇ ਜਿਹੜੇ ਕਰਜ਼ੇ ਮਾਫ ਸਾਰੇ ਕਰਾਂਗੇ 90,000 ਕਰੋੜ ਦਾ, ਨਾਲ ਹੀ ਜਿਹੜੇ ਇੰਪਲੋਈਜ਼ ਨੇ, ਜਿਹੜੇ ਕੰਟਰੈਕਚੁਅਲ ਇੰਪਲੋਈਜ਼ ਹੈ, ਉਹਨਾਂ ਨੂੰ ਪੱਕੇ ਕਰਾਂਗੇ। ਮਤਲਬ ਕਿ ਇੰਡਸਟਰੀ ਨੂੰ 5 ਰੁਪਏ ਬੱਤੀ ਦੇਵਾਂਗੇ। ਹਰ ਵਰਗ ਨਾਲ ਇੱਕ ਵਾਅਦਾ ਕਰਕੇ ਇਹ ਸਰਕਾਰ ਬਣੀ। ਜੇ ਬਜ਼ੁਰਗ ਸਨ ਉਹਨਾਂ ਨੂੰ ਕਹਿਤਾ ਜੀ ਨਹੀਂ, ਤੁਹਾਨੂੰ ਪੈਨਸ਼ਨ ਘੱਟ ਮਿਲਦੀ ਹੈ, ਸਾਡੀ ਸਰਕਾਰ ਬਣ ਜੂ ਤੇ 2500 ਦੇਵਾਂਗੇ, ਮੋਬਾਈਲ ਫੋਨ ਦੇਵਾਂਗੇ। ਮਗਰ ਅੱਜ 2.5 ਸਾਲਾਂ ਬਾਅਦ ਰਿਜ਼ਲਟ ਕੀ ਹੈ ਕਿ ਜੋ ਤਾਂ ਜ਼ਿੰਮੇਵਾਰੀਆਂ ਸਨ ਸਰਕਾਰ ਦੀਆਂ, ਉਹ ਤਾਂ ਪੂਰੀਆਂ ਨਹੀਂ ਹੋਈਆਂ, ਨਾ ਨੌਜਵਾਨਾਂ ਪ੍ਰਤੀ, ਨਾ ਕਿਸਾਨੀ ਪ੍ਰਤੀ, ਨਾ ਇੰਪਲੋਈਜ਼ ਦੇ PFDA ਮਿਲਣ, ਨਾ ਦਲਿਤ ਭਰਾਵਾਂ ਦੀ ਸੁਣੀ ਜਾਵੇ। ਜਿਹੜੇ ਉਹਨਾਂ ਦੇ ਤੁਸੀਂ ਇਹ ਲਾਤ ਲਾ ਲਓ, ਜਿਹੜੇ ਉਹਨਾਂ ਦੇ ਬੱਚਿਆਂ ਦੀ ਸਕਾਲਰਸ਼ਿਪ ਹੈ ਉਹ ਮਿਲਦੀ ਨਹੀਂ। ਆ ਤੁਸੀਂ ਪਰਸੋਂ ਚੌਥੇ ਦੀ ਅਖਬਾਰ ਸੀ ਕਿ 2 ਮਹੀਨੇ ਦਾ ਮਿਡ ਡੇ ਮੀਲ ਹੀ ਨਹੀਂ ਗਿਆ, ਤੇ ਮਿਡ ਡੇ ਮੀਲ ਦਾ ਪ੍ਰੋਗਰਾਮ ਹੋ ਰਿਹਾ 5-star ਹੋਟਲ 'ਚ। ਮਤਲਬ ਮੈਂ ਇਹੀ ਗੱਲ ਕਹਿ ਰਿਹਾ ਕਿ ਹਾਲਾਤ ਵੇਖੋ ਕੀ ਹੋਏ ਹੈ। ਔਰ ਇਹ ਵਾਅਦੇ ਤਾਂ ਇਹ ਪੂਰੇ ਕਰਨੇ ਸੀ, ਮਗਰ ਅੱਜ ਮੈਂ ਕਹਿ ਸਕਦਾ ਇੱਕ ਲੂਟ ਹੋ ਰਹੀ ਹੈ ਖਜ਼ਾਨੇ ਦੀ। ਅੱਜ ਮੈਂ ਲਿਸਟ ਲੈ ਕੇ ਆਇਆ, ਹਲੇ ਵੀ ਪੂਰੀ ਨਹੀਂ ਹੋ ਸਕੀ ਤੁਹਾਡੇ ਕੋਲ ਆਉਣ ਤੱਕ, ਸਵੇਰ ਦੇ ਲੱਗੇ ਆ, ਕੋਈ 35 ਐਡਵਾਈਜ਼ਰ ਲੱਗ ਗਏ। ਹੁਣ ਵੇਖੋ ਹਾਲਾਤ, ਇਹ ਡੈਮੋਕ੍ਰੇਸੀ ਦਾ ਮਜ਼ਾਕ ਕਿਵੇਂ ਉੱਡ ਰਿਹਾ। ਜਿਹੜੇ CM ਸਾਹਿਬ ਨੇ ਉਹ ਮੈਨੂੰ ਲੱਗਦਾ 3 ਵਾਰੀ ਤਾਂ MP ਬਣ ਹਟੇ ਆ, 2 ਵਾਰੀ ਉਹ ਮੁੱਖ ਮੰਤਰੀ ਬਣ ਹਟੇ ਆ, ਤੇ 5-6 ਵਾਰੀ ਉਹ MLA ਬਣ ਹਟੇ।
ਹੁਣ ਇਹ ਜਿਹੜੇ ਲਾਏ ਆ ਕੱਲ ਜਿਨ੍ਹਾਂ ਨੇ ਪੰਜ ਵਾਰੀ ਤਾਂ ਪਾਰਟੀਆਂ ਵਿੱਚੋਂ ਕਈ ਨੇ ਜਿਹੜੇ ਬਦਲ ਚੁੱਕੇ ਆ, ਦਲ ਬਦਲੂ ਬਦੇ ਬਾਦਸ਼ਾਹ ਨੇ, ਫਿਰ ਬਣੇ ਵੀ ਕੋਈ ਇੱਕ ਵਾਰੀ ਐਮ ਐਲ ਏ, ਕੋਈ ਦੋ ਵਾਰੀ ਐਮ ਐਲ ਏ ਆ, ਉਹ ਸੀ ਐਮ ਸਾਹਿਬ ਨੂੰ ਕਿਹੜੀ ਇਹੋ ਜਿਹੀ ਐਡਵਾਈਸ ਦੇ ਦੇਣਗੇ ਜਿਹੜੀ ਸੀ ਐਮ ਸਾਹਿਬ ਨੂੰ ਆਪ ਨਹੀਂ ਸਮਝ ਆਉਂਦੀ? ਤੇ ਜੇ ਉਹ ਏਡੇ ਸਿਆਣੇ ਨੇ, ਜੇ ਉਹ ਏਡੇ ਕਾਬਲ ਨੇ, ਫਿਰ ਤਾਂ ਮੈਂ ਸਮਝਦਾ ਸੀ ਐਮ ਸਾਹਿਬ ਨੂੰ ਆਪ ਹੀ ਹੱਥ ਜੋੜ ਕੇ ਪਾਸੇ ਹੋ ਜਾਣਾ ਚਾਹੀਦਾ, ਕਿਉਂਕਿ ਉਹਨਾਂ ਦਾ ਐਕਸਪੀਰੀਅੰਸ ਤਾਂ ਉਹ ਕਹਿ ਰਿਹਾ ਨਹੀਂ, ਇਹ ਕੱਲ ਦੇ ਦਲ ਬਦਲੂ ਦੱਸਣਗੇ ਗੱਡੀ ਕਿਵੇਂ ਚੱਲਦੀ ਹੈ। ਇਹ ਕੀ ਖਜ਼ਾਨੇ ਤੇ ਇਸ ਤਰੀਕੇ ਦਾ ਬੋਝ, ਔਰ ਤੁਸੀਂ ਵੇਖੋ ਬੋਝ ਵੀ ਮੈਂ ਲਾ ਰਿਹਾ ਸੀ, ਮੈਂ ਲੈ ਕੇ ਆਇਆ ਜੀ 31 ਬੰਦੇ ਫੌਜ ਖੜੀ ਕਰਤੀ ਹੈ ਐਡਵਾਈਜ਼ਰਾਂ ਦੀ। ਇਹ ਨੌ ਤਾਂ ਤੁਹਾਡੇ ਕੋਲ ਹੈਗੇ, ਮੈਨੂੰ ਪੜ੍ਹ ਕੇ ਦੱਸਣ ਦੀ ਤਾਂ ਲੋੜ ਨਹੀਂ। ਹਾਂਜੀ ਸਾਰੇ ਪੜ੍ਹਦੇ ਆ ਜੀ, ਤੁਹਾਡੇ ਤੋਂ ਲਿਖੇ ਨਹੀਂ ਜਾਣੇ ਜੀ। ਮੈਂ ਦੇਖੋ ਸਭ ਤੋਂ ਮੈਂ ਵਧੇਰੀ ਉਮਰ ਦੇ ਪੜ੍ਹ ਦਿੰਦਾ ਤੇ ਸਭ ਤੋਂ ਛੋਟੀ ਉਮਰ ਦਾ ਪੜ੍ਹ ਦਿੰਦਾ। ਸਭ ਤੋਂ ਵਧੇਰੀ ਉਮਰ ਦੇ ਤਾਂ ਟੀ ਐਸ ਸ਼ੇਰਗਿੱਲ ਸਾਹਿਬ, ਤੇ ਮੈਨੂੰ ਲੱਗਦਾ ਸਭ ਤੋਂ ਛੋਟੀ ਉਮਰ ਦਾ ਉਹ ਨੌਜਵਾਨ ਹੈ ਤਾਂ ਵੇਖਣ ਨੂੰ ਪਿਆਰਾ ਜਾ ਅੰਕਿਤ ਬੰਸਲ। ਹੁਣ ਮੈਨੂੰ ਨਹੀਂ ਸਮਝ ਆ ਰਹੀ ਕਿ ਇਹ ਹੁਣ ਇਹ ਲਾ ਤੇ ਐਮ ਐਲ ਏ ਆ ਲਿਸਟ ਆਈ ਗਈ, ਆ ਲਿਸਟ ਲਾ ਤੀ। ਮੈਨੂੰ ਲੱਗਦਾ ਹੈ ਤਾਂ ਸਤਿਕਾਰਯੋਗ, ਮਗਰ ਇਹ ਜਿਹੜੇ ਕੁਛ ਲਾਏ ਆ ਐਮ ਐਲ ਏ, ਇਹ ਕਾਹਦੀ ਅਡਵਾਈਸ ਦੇਣਗੇ? ਔਰ ਤਰਸੇਮ ਸਿੰਘ ਡੀ ਸੀ ਸਾਹਿਬ, ਮੈਨੂੰ ਲੱਗਦਾ ਇਹਨਾਂ ਨੂੰ ਤਾਂ ਐਕਸਾਈਜ਼ ਮਹਿਕਮਾ ਹੀ ਦੇਣਾ ਪੈਣਾ, ਕਿਉਂਕਿ ਇਹ ਤਾਂ ਉਹਦੇ ਮਹਿਕਮੇ ਦੀ ਅਡਵਾਈਸ। ਚਲੋ ਮੈਂ ਇਸ ਗੱਲ 'ਚ ਨਹੀਂ ਜਾਂਦਾ, ਐਵੇਂ ਫਿਰ ਤੂੰ ਤੂੰ ਮੈਂ 'ਚ ਹੋਊ ਕੰਮ, ਮਗਰ ਇਹ 31 ਬੰਦਿਆਂ ਦੀ ਮੈਂ ਲਿਸਟ ਦੇ ਰਿਹਾ ਜਿਹੜੇ ਇੰਡਸਟਰੀਅਲ ਐਡਵਾਈਜ਼ਰ ਲਾਏ ਆ ਉਹ ਵੱਧ, ਪਲੈਨਿੰਗ ਕਮਿਸ਼ਨ ਦੇ 'ਚ ਮੈਨੂੰ ਲੱਗਦਾ 3 ਜਾਂ 4 ਡੈਪਟੀ ਉਹ ਲੱਗ ਗਏ, ਡੈਪਟੀ ਪਲੈਨਿੰਗ ਕਮਿਸ਼ਨਰ ਲੱਗ ਗਏ ਆ, ਉਹ ਅੱਡ ਬਹੁਤ ਲੰਮੀ ਲਿਸਟ ਹੈ। ਅਖੀਰ 'ਚ ਸਭ ਨੂੰ ਦੇ ਦਿੱਤਾ ਜੀ, ਸਾਰਿਆਂ ਕੋਲ ਹੈ ਕੈਬਨਿਟ ਰੈਂਕ ਜਾਂ ਮਿਨਿਸਟਰ ਆਫ ਸਟੇਟ ਰੈਂਕ। ਜਦੋਂ ਤੁਸੀਂ ਕੋਨਸਟੀਟਿਊਸ਼ਨ ਦੀ ਵੀ ਧੱਜੀਆਂ ਉਡਾਉਣ 'ਤੇ ਹੋ ਗਏ, ਜਦੋਂ ਕੋਨਸਟੀਟਿਊਸ਼ਨਲੀ ਇੱਕ ਫੈਸਲਾ ਹੋ ਗਿਆ ਕਿ 15% ਅਤੇ ਕੀ ਇਹ ਸਾਰਾ ਕੁਛ ਕੀਤਾ ਜਾ ਰਿਹਾ? ਹੁਣ ਜਿਹੜੀ ਸਰਕਾਰ ਫੌੜੀਆਂ 'ਤੇ ਆ ਗਈ ਆ ਉਹਦੀ ਜਾਨ ਬਚਾਉਣ, ਜਿਹੜੀ ਸਰਕਾਰ ਦੇ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ, ਕੀ ਇਹ ਸਪਸ਼ਟ ਸੰਕੇਤ ਹੈ ਕੱਲ੍ਹ ਦੀ ਕਾਰਵਾਈ ਕਿ ਸਰਕਾਰ ਹੁਣ ਟੁੱਟ ਚੱਲੀ ਹੈ? ਅਤੇ ਜਿਹੜੇ ਵਿਰੋਧੀ ਨੇ, ਵਿਰੋਧੀਆਂ ਦਾ ਮੈਂ ਕੀ ਨਾਂ ਲੈਣਾ, ਜਿਹੜੇ ਕੋਈ ਕਹਿੰਦਾ 26 ਲੱਖ ਦੇ ਦਿਓ ਜੀ, 10 ਲੱਖ ਦੇ ਦਿਓ, ਦੇਣੇ ਕੀ ਨੇ? ਤੁਹਾਡੀ ਸਰਕਾਰ ਨੇ ਦੇਣੇ, ਮੇਰੇ ਵੱਲੋਂ ਤਾਂ ਮੈਂ ਕਹਿੰਦਾ 35 ਲੱਖ ਦਿਓ ਜੀ, ਜਿਹੜਾ ਬਟਾਲੇ ਦਾ ਇੰਸੀਡੈਂਟ ਹੋਇਆ। ਮਗਰ ਇਹ ਡਰਾਮਾ ਬੰਦ ਕਰੋ, ਲੋਕਾਂ ਦੀ ਅੱਖਾਂ 'ਚ ਘੱਟਾ ਪਾਉਣਾ ਬੰਦ ਕਰੋ। ਔਰ ਮੈਂ ਵਾਰ ਵਾਰ, ਮੇਰਾ ਪਹਿਲਾ ਸਵਾਲ ਹੈ, ਇਹ ਸਿੱਧੀ ਤੇ ਸਿੱਧੀ ਖਜ਼ਾਨੇ ਦੀ ਲੁੱਟ ਹੈ, ਲੋਕਾਂ ਦਾ ਖਜ਼ਾਨਾ, ਇਹਦੀ ਲੁੱਟ ਬੰਦ ਹੋਣੀ ਚਾਹੀਦੀ। ਔਰ ਲੁੱਟ ਕਰਾ ਕੇ ਤੁਸੀਂ ਆਪਣੀ ਸਰਕਾਰ ਨਹੀਂ ਬਚਾ ਸਕਦੇ। ਦੂਜੀ ਗੱਲ, ਐਥਿਕਸ ਤੇ ਮੋਰੈਲਿਟੀ ਕਿੱਥੇ ਗਏ? ਆਪਾਂ ਉਹ ਕੰਮ ਵੇਖਿਆ ਹੀ ਹੈ ਵਿਧਾਨ ਸਭਾ ਦੇ ਅੰਦਰ ਕਿ ਕਿਵੇਂ ਓਪੋਜੀਸ਼ਨ ਤੇ ਰੂਲਿੰਗ ਦਾ ਬੜਾ ਵੱਡਾ ਰੋਲ ਹੁੰਦਾ ਹੈ, ਇੱਕ ਡੈਮੋਕ੍ਰੇਸੀ ਦੇ ਦੋ ਪਹੀਏ ਨੇ, ਉਹਦੀ ਵੀ ਕਿਵੇਂ ਮਜ਼ਾਕ ਉਡਾਇਆ ਜਾ ਰਿਹਾ? ਐਮ ਐਲ ਏ ਬਹਿੰਦੇ ਨੇ ਓਪੋਜੀਸ਼ਨ ਵੱਲ, ਮਗਰ ਕਹਿੰਦੇ ਅਸੀਂ ਹੈ ਕਾਂਗਰਸ ਨਾਲ। ਉਹ ਰੋਪੜ ਵਾਲੇ ਐਮ ਐਲ ਏ ਸਾਹਿਬ ਤੇ ਮਾਨਸੇ ਵਾਲੇ ਐਮ ਐਲ ਏ ਸਾਹਿਬ ਜਾਂਦੇ ਉਹ ਸਾਰੇ ਪ੍ਰੋਗਰਾਮ ਲਈ ਆ, ਮਗਰ ਉਹ ਡਿਸਕੁਆਲੀਫਾਈ ਨਹੀਂ ਹੋ ਰਹੇ। ਉਹ ਪਹਿਲਾਂ ਵੀ ਆਪਾਂ ਦੇਖਿਆ ਸੀ ਉਹੀ ਕੰਮ ਫੇਰ ਹੋ ਰਿਹਾ। ਔਰ ਇਹਦੇ ਨਾਲ ਸਿਰਫ ਤੇ ਸਿਰਫ ਐਮ ਐਲ ਏਆਂ ਦੇ ਦਿਲ, ਦਿਮਾਗ ਤੇ ਜੇਬ ਗਰਮ ਰਹੇ ਕਿ ਉਹ ਸਰਕਾਰ ਨੂੰ ਆਪਣੇ ਪੈਰਾਂ 'ਤੇ ਖਿਲਾਰੀ ਰੱਖਣ, ਇਹ ਸਿਰਫ ਉਹ ਕਾਰਵਾਈ ਹੋ ਰਹੀ ਹੈ। ਔਰ ਮੈਂ ਦੂਜੀ ਗੱਲਾਂ ਦੱਸ ਦਿਆਂ ਕਿ ਕਿਹੜੇ ਕੰਮ ਨਹੀਂ ਹੋ ਰਹੇ। ਸ਼ੂਗਰ ਕੇਨ ਕਿਸਾਨਾਂ ਦੇ ਕੋਈ 700 ਕਰੋੜ ਬਕਾਇਆ, ਉਹ ਇਹ ਸਰਕਾਰ ਦੇ ਨਹੀਂ ਰਹੀ, ਮਗਰ ਇਹਨਾਂ ਨੇ 35 ਕੈਬਨਿਟ ਆਪਦੇ ਐਡਵਾਈਜ਼ਰ ਲਾ ਰਹੇ ਆ ਵਿਦ ਮਿਨਿਸਟਰ ਔਫ ਕੈਬਨਿਟ ਰੈਂਕ। ਖਰਾਬੇ ਦਾ ਮੀਂਹ ਕਰਕੇ, ਗੜੇਮਾਰੀ ਕਰਕੇ 17 ਦੀ ਜੋ ਫਸਲਾਂ ਦਾ ਨੁਕਸਾਨ ਹੋਇਆ ਸੀ ਉਹਦਾ ਅੱਜ ਤੱਕ ਮੈਂ 5 ਵਾਰੀ ਸਵਾਲ ਲਾ ਚੁੱਕਿਆ, ਕੋਈ ਜਵਾਬ ਨਹੀਂ, ਨਾ 17 ਦਾ ਦਿੱਤਾ, ਨਾ 18 ਦਾ ਦਿੱਤਾ, ਨਾ 19 ਦਾ ਦਿੱਤਾ। 550 ਸਾਲਾਂ ਦੀ ਸੈਲੀਬ੍ਰੇਸ਼ਨ, ਜੋ ਪੈਸਾ ਆ ਗਿਆ, ਦੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਐਡਾ ਵੱਡਾ ਆਪਾਂ ਸਤਿਕਾਰ ਨਾਲ ਇਹ ਦਿਨ ਮਨਾ ਰਹੇ, ਪੰਜਾਬ ਸਰਕਾਰ ਦਾ 1 ਰੁਪਈਆ ਨਹੀਂ ਖਰਚਿਆ, ਜੀ ਜਾ ਕੇ ਡਰਾਮਾ ਰਚਤਾ ਸੁਲਤਾਨਪੁਰ ਲੋਧੀ ਦਾ, ਰਚੋ
ਮਗਰ ਕੀ ਤੁਹਾਡੇ ਡਰਾਮੇ ਨਾਲ ਉੱਥੇ ਸਹੂਲਤਾਂ ਪਹੁੰਚ ਜਾਣੀਆਂ? ਨਹੀਂ, ਮਹੀਨੇ ਤਾਂ ਰਹਿ ਗਏ ਦੋ। ਮਿਡ ਡੇ ਮੀਲ ਪਹੁੰਚ ਨਹੀਂ ਰਹੀ, ਮਗਰ ਉਹਦੇ ਲਈ ਪੈਸੇ ਹੈ ਨਹੀਂ, ਮਗਰ ਐਡਵਾਈਜ਼ਰ ਲਈ ਪੈਸੇ ਨੇ। ਬੇਰੋਜ਼ਗਾਰੀ ਭੱਤਾ ਮਿਲ ਨਹੀਂ ਰਿਹਾ 2500, ਉਹਦੇ ਲਈ ਪੈਸੇ ਹੈ ਨਹੀਂ, ਮਗਰ ਐਡਵਾਈਜ਼ਰ ਲਾ ਲਓ। ਇੰਪਲੋਈਜ਼ ਦਾ ਅੱਜ ਪੈਨ ਡਾਊਨ ਸਟ੍ਰਾਈਕ ਹੈ, ਅੱਜ PCS ਅਫਸਰਾਂ ਨੇ ਕੀਤੀ ਹੈ। ਪਹਿਲਾਂ ਇੰਪਲੋਈਜ਼ PF ਅਤੇ DA ਦਾ ਰੌਲਾ ਪਾ ਰਹੇ ਹੈ, ਉਹਨਾਂ ਨੂੰ ਪੈਸੇ ਮਿਲਣੇ ਨਹੀਂ ਉਹਨਾਂ ਦੀ ਹੱਕ ਦਾ, ਮਗਰ ਤੁਸੀਂ ਕੈਬਨਿਟ ਰੈਂਕ 'ਤੇ 31 ਐਡਵਾਈਜ਼ਰ ਲਾ ਲਓ। ਪੇ ਕਮਿਸ਼ਨ ਲਾਗੂ ਨਹੀਂ ਹੋ ਰਿਹਾ, ਪੈਨਸ਼ਨ 2000 ਰੁਪਏ ਕੀਤੀ ਨਹੀਂ, ਸੂਸਾਈਡ ਜਿਹੜੇ ਕਿਸਾਨ ਕਰ ਗਏ ਆ ਉਹਨਾਂ ਦੇ ਪਰਿਵਾਰਾਂ ਨੂੰ ਤਾਂ ਨੌਕਰੀ ਮਿਲ ਨਹੀਂ ਰਹੀ, ਨਾ ਮੁਆਵਜ਼ਾ ਮਿਲ ਰਿਹਾ ਜੋ ਕਿਹਾ ਸੀ। ਮਗਰ ਇਹਨਾਂ ਨੇ ਜੇ ਆਪਦੀ ਸਰਕਾਰ ਬਚਾਉਣੀ ਹੋਵੇ ਤਾਂ ਇਹਨਾਂ ਕੋਲ ਖਜ਼ਾਨੇ 'ਚ ਪੈਸੇ ਵੀ ਆ ਜਾਂਦੇ ਆ ਅਤੇ ਕੰਮ ਵੀ ਸ਼ੁਰੂ ਕਰ ਦਿੰਦੇ। ਅਤੇ ਜਿਹੜੇ ਟੀਚਰ ਅਤੇ ਡਾਕਟਰ, ਉਹ ਤਾਂ ਚਲੋ ਉਹ ਤਾਂ ਹੈ, ਭਰਤੀ ਤਾਂ ਕਿਤੇ ਕੀਤੀ ਨਹੀਂ ਜੀ। ਸੈੱਲਫੋਨ 'ਚ ਕਹਿੰਦੇ ਨੌਜਵਾਨਾਂ ਨੂੰ ਦੇਣੇ ਆ, 2.5 ਸਾਲ ਹੋ ਗਏ, ਖਜ਼ਾਨਾ ਮੰਤਰੀ ਸਾਹਿਬ ਆਈ ਵਾਰੀ ਐਲਾਨ ਦਿੰਦੇ ਆ, ਉਹ ਨਹੀਂ ਦਿੱਤਾ ਜਾ ਰਿਹਾ। 11ਵੀਂ ਅਤੇ 12ਵੀਂ ਦੀ ਬੱਚੀਆਂ ਨੂੰ ਸਾਈਕਲ ਦਿੱਤੇ ਜਾਂਦੇ ਸਨ, ਉਹਦੇ ਲਈ ਪੈਸੇ ਹੈ ਨਹੀਂ, ਮਗਰ ਐਡਵਾਈਜ਼ਰ ਲਾਉਣ ਲਈ ਤੁਹਾਡੇ ਕੋਲ ਪੈਸਾ। ਨੌਕਰੀ, ਸਰਕਾਰੀ ਨੌਕਰੀ 'ਤੇ ਬੈਨ ਹੈ, ਨੌਕਰੀਆਂ ਤੁਸੀਂ ਦਿੰਦੇ ਨਹੀਂ ਕਿ ਖਜ਼ਾਨਾ ਖਾਲੀ ਹੈ, ਮਗਰ ਜੇ ਤੁਸੀਂ 31 ਐਡਵਾਈਜ਼ਰ ਲਾ ਦਿਓ ਉਹਦੇ ਲਈ ਤੁਹਾਡੇ ਕੋਲ ਪੈਸੇ। ਸੋ ਇਹ ਜਿਹੜਾ ਸਰਕਾਰ ਦਾ ਮੈਂ ਸਮਝਦਾ ਕਿ ਵਿਜ਼ਨ, ਜੋ ਸੋਚ ਸੀ, ਜੋ ਵਾਅਦਾ ਸੀ, ਜੋ ਦਿਸ਼ਾ ਸੀ, ਜਿਸ ਦਿਸ਼ਾ ਨਾਲ, ਜਿਸ ਵਾਅਦੇ ਨਾਲ ਇਹ ਸਰਕਾਰ, ਜਿਹੜੇ ਚੋਣ ਮੈਨੀਫੈਸਟੋ ਦੇ ਵਾਅਦੇ ਸੀ, ਲਗਭਗ ਇੱਕ ਨਹੀਂ ਮੰਨਿਆ ਗਿਆ ਜਾਂ ਲਾਗੂ ਕੀਤਾ ਗਿਆ, ਕਿਉਂਕਿ ਖਜ਼ਾਨਾ ਮੰਤਰੀ ਸਾਹਿਬ ਕਹਿ ਦਿੰਦੇ ਖਜ਼ਾਨਾ ਖਾਲੀ। ਮਗਰ ਆ ਸਰਕਾਰ ਨੂੰ ਜਦੋਂ ਪੱਚ ਲਾਉਣਾ ਹੋਵੇ ਆਪਦੀ ਸਰਕਾਰ ਬਚਾਉਣ ਲਈ, ਫਿਰ ਐਡਵਾਈਜ਼ਰ ਲਾ ਲਾ ਕੇ MLA ਨੂੰ ਪੱਚ ਲਾਈ ਜਾ ਰਹੇ, ਜਿਹੜਾ ਕੌਨਸਟੀਟਿਊਸ਼ਨਲੀ ਲੀਗਲੀ ਇਨਲੀਗਲ ਕੰਮ ਹੈ, ਔਰ ਜਿਹੜਾ ਅੱਜ ਚੈਲੇਂਜ ਵੀ ਹੋ ਗਿਆ, ਔਰ ਇਹ ਰਹਿਣੇ ਨਹੀਂ, ਕਿਉਂਕਿ ਇਹ ਕਈ ਵਾਰੀ ਇਹ ਡਿਬੇਟ ਉੱਠ ਚੁੱਕੀ ਹੈ, ਭਾਵੇਂ ਉਹ ਚੀਫ ਪਾਰਲੀਮੈਂਟਰੀ ਸੈਕਟਰੀ ਹੈ, ਪਾਰਲੀਮੈਂਟਰੀ ਸੈਕਟਰੀ ਹੈ, ਇਕੱਲਾ ਨੌਂ ਬਦਲ ਕੇ ਉਹੀ ਕੰਮ ਕਿਸੇ ਨੂੰ ਅੱਜ ਕੈਬਨਿਟ ਰੈਂਕ ਦੇ ਦੇਣਾ, ਮਤਲਬ ਕਿ ਜਿੰਨਾ ਖਰਚਾ ਉਹਦੇ 'ਤੇ ਹੋਣਾ ਹੈ ਇਲੀਗਲ, ਜਦੋਂ ਕੋਰਟ ਦੇ ਫੈਸਲੇ ਆ ਗਏ ਆ, ਇਹਦੀ ਭਰਪਾਈ ਕਿ ਕਾਂਗਰਸ ਪਾਰਟੀ ਬਾਅਦ 'ਚ ਕਰੂ ਕਿ ਨਹੀਂ ਕਰੂ, ਔਰ ਇਹ ਕਦੋਂ ਤੱਕ ਇਸ ਤਰ੍ਹਾਂ ਕੰਮ ਚੱਲੂ। ਫਲੱਡ ਰਿਲੀਫ ਦੇ ਤਾਂ ਮੈਂ ਦੱਸ ਹੀ ਚੁੱਕਿਆ ਜੀ ਕਿ ਫਲੱਡ ਰਿਲੀਫ ਦੇ ਅੱਜ ਤੱਕ ਪੈਸੇ ਨਹੀਂ ਗਏ ਆ, ਉਹਦੇ ਲਈ ਪੈਸੇ ਸੀ ਨਹੀਂ, ਮਗਰ ਹੁਣ ਇਸ ਕੰਮ ਇਹ ਫਜ਼ੂਲ ਖਰਚੀ ਦੇ ਲਈ ਪੈਸੇ ਇਹਨਾਂ ਕੋਲ ਆ ਗਏ। ਸੋ ਇਹ ਸਾਰੀਆਂ ਗੱਲਾਂ ਅੱਜ ਤੁਹਾਡੇ ਸਾਹਮਣੇ ਲਿਆਉਣੀਆਂ ਸਨ, ਔਰ ਇਹੀ ਆ ਮੈਂ ਸਾਰੀਆਂ ਉਹ ਕਟਿੰਗ ਹੀ ਤੁਹਾਡੇ ਕੋਲ ਰੱਖ ਰਿਹਾ। ਨੋ ਗ੍ਰਾਂਟ ਮਿਡ ਡੇ ਮੀਲ ਸਕੀਮ ਕਮਸ ਟੂ ਅ ਹੋਲਟ, ਗਵਰਨਮੈਂਟ ਹੋਲਡ ਨਿਊਟ੍ਰੀਸ਼ਨ ਇਵੈਂਟ ਇਨ 5-star ਹੋਟਲ, ਕਿਡਜ਼ ਇਨ ਆਂਗਨਵਾੜੀ ਗੋ ਹੰਗਰੀ। ਮਤਲਬ ਤੁਸੀਂ ਵੇਖੋ ਕਰ ਕੀ ਰਹੇ ਆ, ਬਣੀ ਸਰਕਾਰ ਕਿਹਨਾਂ ਲਈ ਸੀ? ਗਰੀਬ ਸਰਕਾਰ ਬਣੀ ਸੀ ਗਰੀਬਾਂ ਵਾਸਤੇ, ਕਿਸਾਨਾਂ ਵਾਸਤੇ, ਖੇਤ ਮਜ਼ਦੂਰਾਂ ਵਾਸਤੇ, ਇੰਡਸਟਰੀ ਨੂੰ 5 ਰੁਪਏ ਬੱਤੀ, ਜਿਹੜੀ ਪੰਜਾਬ 'ਚ ਇੰਡਸਟਰੀ ਰਿਵਾਈਵਲ ਹੋਵੇ, ਉਹਨਾਂ ਨੂੰ ਤਾਂ ਭੁੱਲ ਹੀ ਬੈਠੇ ਆ। ਹੁਣ ਤਾਂ ਜਾਨ ਬਚਾਉਣ ਦੀ ਕੰਮ ਇਕੱਲਾ ਚੱਲ ਰਿਹਾ ਸਾਰਾ ਦਿਨ, ਔਰ ਨੌਜਵਾਨਾਂ ਵਾਸਤੇ ਬਣੀ ਸੀ ਉਹਨਾਂ ਨੂੰ ਕੁਛ ਨਹੀਂ ਹੋ ਰਿਹਾ। SC ਸਕਾਲਰਸ਼ਿਪ ਬੰਦ, ਆ ਆਸ਼ੀਰਵਾਦ ਸਕੀਮ ਭਾਵੇਂ ਗਵਰਨਮੈਂਟ ਆਫ ਇੰਡੀਆ ਦੀ ਸੀ, ਉਹ ਨਹੀਂ ਇਹ ਚਲਾ ਪਾ ਰਹੇ, ਮੈਡੀਕਲ ਇੰਸ਼ੋਰੈਂਸ ਦੀ ਉਹ ਬੰਦ, ਆ ਹੀ ਹਾਲ ਹਰ ਜਗ੍ਹਾ, ਇਹ ਸਾਰੀ ਉਹੀ ਖਬਰਾਂ ਨੇ, ਔਰ ਉਹੀ ਤੁਹਾਨੂੰ ਦੱਸਣ ਲਈ ਆਏ ਹਾਂ ਕਿ ਸਰਕਾਰ ਵਾਕਈ, ਪਹਿਲਾਂ ਤਾਂ ਸ਼ੱਕ ਸ਼ਿਕਵਾ ਸੀ, ਅੱਜ ਸਪਸ਼ਟ ਹੀ ਹੋ ਗਿਆ ਕਿ ਸਿਰਫ ਅਤੇ ਸਿਰਫ MLA ਨੂੰ ਰਾਜ਼ੀ ਰੱਖ ਕੇ, ਕਿਹੜੀ ਜਿਹੜੀ ਅੰਦਰੂਨੀ ਖਾਨਾ ਜੰਗੀ ਛਿੜੀ ਹੋਈ ਹੈ, ਜਿਹੜੇ ਮੁੱਖ ਮੰਤਰੀ ਬਣਨਾ ਚਾਹੁੰਦੇ ਆ, ਜਿਹੜੇ ਰੋਜ਼ ਬਿਆਨ ਦਿੰਦੇ ਆ, ਜਿਹੜੇ MLA ਨੂੰ ਕਹਿੰਦੇ ਆ ਜਾਓ ਸਾਡੇ ਵੱਲ, ਹੁਣ ਲੋਕਾਂ ਦੀ ਸਰਕਾਰ ਨਹੀਂ, ਹੁਣ ਤਾਂ ਕਾਂਗਰਸ ਬਚਾਊ ਸਰਕਾਰ ਚੱਲ ਰਹੀ ਹੈ, ਜਿਹੜੀ ਚਾਹੁੰਦੇ ਕਿ ਕਾਂਗਰਸ ਦੀ ਸਰਕਾਰ ਬਚ ਜਾਏ, ਉਹ ਕਹਿੰਦਾ ਮੈਂ ਮੁੱਖ ਮੰਤਰੀ ਬਣ ਜਾ, ਪੰਜਾਬ ਦੇ ਲੋਕਾਂ ਨੂੰ ਇਹ ਸਰਕਾਰ ਭੁੱਲੀ ਬੈਠੀ, ਉਹ ਮੈਂ ਦੱਸ ਹੀ ਦਿੱਤਾ ਜੀ। ਹੋਰ ਕੋਈ ਹੈ ਜੀ? ਜਗਾਉਣ ਦਾ ਮਾਹੌਲ, ਜਗਾਉਣ ਦਾ ਜੀ, ਜਗਾਉਣ ਦਾ ਕੰਮ ਅੱਜ ਸਾਰੀ ਇਹ ਗੱਲਾਂ ਕੀਤੀਆਂ ਕਿ ਸਰਕਾਰ ਜਿਸ ਵਾਅਦਿਆਂ 'ਤੇ ਬਣੀ ਹੈ, ਕੀ ਉਸ ਚੋਣ ਮੈਨੀਫੈਸਟੋ ਦਾ ਇੱਕ ਕਾਗਜ਼ ਕੱਢ ਕੇ ਦੱਸ ਦੇਣ ਜਿੱਥੇ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ 35 ਐਡਵਾਈਜ਼ਰ ਲਾ ਦਿਆਂਗੇ, ਔਰ ਮੈਨੂੰ ਨਹੀਂ ਸਮਝ ਆਉਂਦੀ ਕਿ ਜਿਹੜਾ ਤੁਹਾਡੇ ਤੋਂ ਲੈਕਸ ਐਕਸਪੀਰੀਅੰਸ ਹੈ ਉਹਨੇ ਤੁਹਾਨੂੰ ਕਾਹਦੀ ਐਡਵਾਈਸ ਦੇ ਦੇਣੀ, ਦਲ ਬਦਲੂਆਂ ਨੇ ਤੁਹਾਨੂੰ ਕਾਹਦੀ ਐਡਵਾਈਸ ਦੇ ਦੇਣੀ, ਜਿਹੜੇ ਬਣੇ MLA 1 ਅੱਧੀ ਵਾਰੀ ਹੈ, 2 ਵਾਰੀ ਹੈ, ਉਹਨਾਂ ਨੇ ਤੁਹਾਨੂੰ CM ਸਾਹਿਬ ਨੂੰ ਕਾਹਦੀ ਐਡਵਾਈਸ ਦੇ ਦੇਣੀ ਹੈ?
एक काइंडली स्थिति स्पष्ट करने का समा आ गया, दस दौ कि थोड़ी सरकार कौन कौन कांग्रेसी तोड़न ते लगे, उन्होंने चेहरे नंगे करो तो लोगों नूं समझ आ जाए कि हो की रहा सरकार ने उहदी तां चीज नहीं। तुसी ना करो गवर्नमेंट दी नोटिफिकेशन पढ़ लो, एडवाइजर टू सीएम विद कैबिनेट रैंक, कैबिनेट रैंक दे नाल कुछ सहूलतां आउंदियां ने, थोनू कहण नू कुछ कह देन, उहदे नाल जो स्टाफ दी सारा मिलूगा, जो उहनां नू सिक्योरिटी अरेंजमेंट्स मिलणगियां, जो कुछ भी होऊगा, कैबिनेट रैंक दी काफी कोई सहूलतां ने, उह सारियां पढ़ लो कैबिनेट मिनिस्टर दियां की है, फिर आई थिंक इट विल आंसर योर क्वेश्चन। चंगी गल याद कराती, खजाना मंत्री मैनीफेस्टो बनाया ते कहा कि असीं जहाज ते नहीं चढ़ांगे, ये फजूल खर्ची नहीं करांगे, जो मौका मिलता उदो जहाज से तो थले भी लमक जाते हैं, तुम वेख्या ही होना जो गए से, मतलब मेरे तो हूँ की सुनोगे छोटा फोटो होर भी वेखी होनी चंगे बंदे दा सवाल पूछ लो ना, तुही भी वधिया बंदे दा सवाल पूछो ते मैं वधिया जवाब दे दूं। हां जी, नहीं हरकतां नहीं ना चंगियां, एमएलए दा हुण इह थोड़ी हुंदा कि सारे एमएलए दी हरकतां ठीक, देखो मैं उहदे बारे तां मेरे तो ना ही को आओ, क्योंकि उहदी जिहड़ी आई थिंक तुसी की मैं की 90% लोग उन्हां दी जो कार्रवाई है जिस तरीके नाल पेश आउंदे, देखो डिफरेंसेस होने आप दी थां, डिफरेंसेस होने कोई माड़ी गल नहीं, डेमोक्रेसी च डायसेंट और डिबेट ये सब एक बड़ा अहम हिस्सा है, मगर आप दी करटियस रहना, तरीके नाल आप दी गल करनी, लोकां दी गल करनी बहुत चंगी गल है, मगर जे वो तरीके नाल होवे, और हर चीज नू जद पोलिटिसाइज किया जाऊगा, देखो मैं डीसी साहब नू कदे मिलिया नहीं, मैनू जो लगता मैं बड़ी याद करने की कोशिश कर रहा कि मैं उन्होंने पिछली सरकार च मिलिया, आई डोंट थिंक सो, मगर मैं उन्होंने क्लिप वेखी है, वो जिहड़ा बंदा डीसी बनया विपुल उज्जवल, वो डीसी साहब एक सरकारी स्कूल च पढ़े है, उन्होंने मापे एक सरकारी टीचर सन, देखो किहड़े हालातों च सरकारी स्कूल च वो पढ़ के ਉਹਨੇ ਐਡੀ ਵੱਡੀ ਪਦਵੀ ਤੇ ਉਹ ਪਹੁੰਚੇ ਆ, ਮਤਲਬ ਹੀ ਹਿਮਸੈਲਫ ਇਜ਼ ਅ ਰੋਲ ਮਾਡਲ ਮੈਂ ਕਹੂੰਗਾ, ਕਿਉਂਕਿ ਬਹੁਤੇ ਨਹੀਂ ਪਹੁੰਚਦੇ ਉਹਨਾਂ ਹਾਲਾਤਾਂ 'ਚ, ਪਿੰਡਾਂ 'ਚ ਰਹਿ ਕੇ ਸਰਕਾਰੀ ਸਕੂਲ 'ਚ ਪਹੁੰਚ ਕੇ, ਔਰ ਉਸ ਬੰਦੇ ਨੇ ਜਿਹਦੇ ਨਾਲ ਇੰਨੀ ਬਦਤਮੀਜ਼ੀ ਹੋ ਰਹੀ ਹੋਵੇ, ਫਿਰ ਵੀ ਉਹਨਾਂ ਨੇ ਬੜੀ ਰਿਸਪੈਕਟਫੁਲੀ, ਮੈਂ ਉਹ ਵੀਡੀਓ ਵੀ ਵੇਖੀ ਹੈ, ਐਮਐਲਏ ਸਾਹਿਬ ਨੂੰ ਡੀਲ ਕੀਤਾ, ਮੈਂ ਤਾਂ ਬੜਾ ਇਸ ਗੱਲ ਦਾ ਡੀਸੀ ਸਾਹਿਬ ਦਾ ਜ਼ਰੂਰ ਫੈਨ ਹੋ ਗਿਆ ਕਿ ਉਹਨਾਂ ਨਾਲ ਇੰਨੀ ਬਦਤਮੀਜ਼ੀ ਹੋ ਰਹੀ ਹੋਵੇ, ਤੇ ਫਿਰ ਵੀ ਉਹਨਾਂ ਨੇ ਆਪਦੇ ਆਪ ਨੂੰ ਆਪਾਂ ਨਹੀਂ ਗਵਾਇਆ, ਬੜੇ ਰਿਸਪੈਕਟਫੁਲੀ ਗੱਲ ਕੀਤੀ, ਔਰ ਉਹਨਾਂ ਨੂੰ ਸਾਰੇ ਇੰਸੀਡੈਂਟ ਦਾ ਪਤਾ ਸੀ, ਜੇ ਤੁਸੀਂ ਵੇਖੋ ਕਿੱਥੇ ਖਬਰ ਲੱਗੀ ਸੀ, ਉਹਨਾਂ ਨੇ ਅਖਬਾਰ ਦਾ ਨਾਂ ਲਿਆ, ਉਹਨਾਂ ਨੇ ਪੱਤਰਕਾਰ ਦਾ ਨਾਂ ਲਿਆ, ਹਾਂ ਐਡੀ ਵੱਡੀ ਟ੍ਰੈਜਡੀ ਵਾਪਰੀ ਹੈ, ਕੋਈ ਨਾ ਕੋਈ ਡਿਸਸੈਟਿਸਫਾਈਡ ਹੋ ਸਕਦਾ, ਮਗਰ ਉਹ ਇਟ ਇਜ਼ ਅ ਵਾਰ ਟਾਈਪ ਸਿਚੁਏਸ਼ਨ ਉੱਥੇ ਬਣੀ ਸੀ, ਔਰ ਉਸ ਵਾਰ ਟਾਈਪ ਸਿਚੁਏਸ਼ਨ ਦੇ ਡੀਸੀ ਸਾਹਿਬ ਅੱਗੇ ਸਨ ਪਿੱਛੇ ਨਹੀਂ ਸਨ, ਇਸ ਲਈ ਉਹ ਡੀਸੀ ਸਾਹਿਬ ਨਾਲ ਉਹੀ ਗੱਲ ਜੇ ਪਿਆਰ ਨਾਲ ਕਰ ਲੈਂਦੇ, ਚੰਗੇ ਅਲਫਾਜ਼ਾਂ ਨਾਲ ਕਰ ਲੈਂਦੇ, ਤੇ ਗੱਲ ਤਾਂ ਫਿਰ ਵੀ ਕਨਵੇ ਹੋਣੀ ਸੀ, ਤਮਾਸ਼ੇ ਨਾਲ ਤਾਂ ਨਹੀਂ ਗੱਲ ਕਨਵੇ ਹੋਈ। ਦੇਖੋ ਗੱਡੀ ਵੀ ਲੈ ਲਓ ਨਾ, ਉਹ 'ਚ ਕਈ ਆਵਾਜ਼ਾਂ ਆਈ ਜਾਂਦੀਆਂ, ਹੁਣ ਕੋਈ ਆਵਾਜ਼ਾਂ ਗੱਡੀ ਚਲਾਉਣ ਵਾਲਾ ਹੀ ਦੱਸ ਸਕਦਾ ਕਿਹੜੀ ਆਵਾਜ਼ਾਂ ਬੰਦ ਕਰ ਰਿਹਾ ਜਾਂ ਨਹੀਂ ਕਰ ਰਿਹਾ, ਮੈਨੂੰ ਕੀ ਪੁੱਛੀ ਜਾਂਦੇ ਹੋ, ਸਾਨੂੰ ਤਾਂ ਬਾਹਰ ਖਲੋਤਿਆਂ ਨੂੰ ਜਿਹੜੀ ਆਵਾਜ਼ਾਂ ਆ ਰਹੀਆਂ ਮੈਂ ਤਾਂ ਉਹ ਦੱਸ ਸਕਦਾ ਤੁਹਾਨੂੰ, ਆਵਾਜ਼ਾਂ ਨੇ ਸਰਕਾਰ ਬਚਾਉਣ ਦੀਆਂ, ਆਵਾਜ਼ਾਂ ਵੱਜਿਆ ਪਿਆ, ਆਵਾਜ਼ਾਂ ਆਉਂਦੀਆਂ ਨੇ। ਦੇਖੋ ਬਿਫੋਰ ਆਈ ਆਨਸਰ ਯੋਰ
क्वेश्चन आज मैं एक गल बिल्कुल अच स्पष्ट तौर पर कर लग गया कि जो कारगुजारी सी मिस्टर बैंस की अपना मैं थोड़े लिए कर रहा जी सो दैट देयर इज नो कन्फ्यूजन क्योंकि मैं वो सारी वीडियो भी वेखी है हाँ जी हाँ जी हाँ जी चलो ऐ करो छो जी सारी तुसी वीडियो च ना तुसी जिथे आपके चैनल ते चला दो जिथे डीसी ने की दूजी गल इन्होंने तो बेचारा मेजर सी की नौ सी जी और तहसीलदार दा अपने बेनीपाल मेजर बेनीपाल जी ने फौज की सर्विस की थी फिर ओदे बारे दस दिन ओदे नाल क्यों की थी है कुछ पासपोर्ट ऑफिस जाके की थी मतलब एक हैबिचुअल अफेंडर है एक जिम्मे होंगे ना हैबिचुअल ड्रिंकर हैबिचुअल अफेंडर वह जहाँ काम बनया पाया इसलिए डीसी साहब तो और मैं राजस्थान के लोगों तुसी भी जानते हो मैं भी जानता बड़े शांतमई लोग होंगे जी मैं जो पता लगे इन्हों का पिछोकड़ राजस्थान का जो मैं वीडियो वेखी है तुसी राजस्थानी कोई यह जहाँ विखाई दो ये सुभा ला तो मैं मान जूंगा कि शायद कोई लभ पे और डीसी साहब के दफ्तर च देखो जिमें एम एल ए आपदे आप ज़्यादा तोप ना समझे लोगों का सेवादार समझे तो गल चंगी होंगी है मगर मैं फिर कहना लोगों की गल उठाओ मगर सलीके नाल उठाओ गल ठीक तरीके नाल उठाओ जे गलती हुई है तो उस गलती जे बैन साहब माफी मंग लेंगे तो उन्होंने बड़प्पन ही आऊगा कोई माड़ी गल नहीं ई शुड कई बार हो जाता ई शुड अपोलोजाइज बदतमीजी कोई चंगा नहीं कह सकता तुसी भावें डिफरेंसिस कि मर्जी नाल होण आई डू नॉट सपोर्ट दिस और मैं उस आई एस अफसर की कदर भी करदा उन्हें आपदे आप फिर भी बड़े ठरम्मे नाल डील किया उस गल की भी मैं इज्जत करदा और मैं बेनती करदा क्योंकि ये सारे लीडर की शाख माड़ी निकल के आँदी है कि पंजाब के एम एल ए बिहेव किमें करते हैं सब की गल है करूँ एक तो जवाब कई होना पै जाता थोड़ा याद होना एक इंसीडेंट साडा भी हो गया सी विधानसभा असी दोवे ने एक दूजे को अपोलोजाइज किया क्योंकि अं रिलाइज किया कि कम ठीक नहीं सी और जेडे दोवे एम एल ए इसलिए कोई कदे कदे हो जाता मगर ये तो आई बार हैबिचुअल हो गए कि यह ड्रामा है सिर्फ लाइव स्ट्रीमिंग करके चलता इस तरह पॉलिटिक्स नाल एक गल ठीक नहीं होंगी साढ़े तो गलतियां हो सकदियां ने बट दे एडमिट द मिसटेक नोबडी इज लार्जर दैन लाइफ असी सारे गलती कर सकते और मैं दूजी गल ते आ जा जी जिहड़ी गल तुसी कीती है मैं अज स्पष्ट डिमांड करदा दैट कमलनाथ शुड रिजाइन एंड सोनिया गांधी शुड एक्सपेल हिम नहीं तो सोनिया गांधी ओही कम कर रही है जो राजीव गांधी ने किया कि जब वड्डा ड्रग डिगदा जब उन्होंने किसी ने पूछा कि तुसी ये दिल्ली च की कुछ हो रहा ये खिलाफ एक्शन क्यों नहीं लै रहे इन्ने कतलेआम हो रहे सिखा मारिया जा रहा है तो उन्होंने जवाब से जब वड्डा ड्रग डिगदा तो धरती हिलदी है फिर अज ओही हिस्टरी रिपीट होगी जे सोनिया गांधी एक्शन नहीं लेंदी क्योंकि एक पत्रकार की गवाही है और पत्रकार की ओही गवाही रही है उस दिन तो 84 तो एक जगह नहीं कई जगह जाके वो बयान दे आए है और उन्होंने आप दे उस स्टैंड ते क्लियर है सो इट इज नॉट अबाउट पॉलिटिक्स कोई धक्का होया किसे सिखा नाल जूंदे जी जलाए गए है और उस बंदे नू मुख्यमंत्री बनाउणा आप पहला भी वेख्या है कि वह जगदीश टाइटलर सज्जन कुमार नू किवें नवाजिया जा रहा सीगा और अज ये मौका है कांग्रेस पार्टी कोल टू करैक्ट इट सैल्फ और कैप्टन अमरिंदर सिंह रंधावे वर्गे ये अपनी स्थिति स्पष्ट करन कि ये कमलनाथ दे नाल ने कि कमलनाथ दे उल्ट ने नहीं तो स्पष्ट हो जू दोते दोते पानी का पानी हो जू कि यह कहें की है तो करते की है राहुल गांधी का बच्चा ते मैं डिगू सीधे ते डिगया पुठा जो कैबिनेट रैंक दे ना पुठा डिगना कहिंदे इहनूं सीधा वजीर हो जांदा इसलिए वह की कह रहे हैं राजा वड़िंग साहब की नहीं कह रहे एम पी की इलैक्शन तो बाद बहुत कुछ कह जाते थोड़ा मन से असर होया होया उन्होंने मन के असर का चिंता ना करो आई शुड गैट वैल सून बट कैबिनेट रैंक
ਐਡਵਾਈਜ਼ਰ ਨੂੰ ਕੈਬਨਿਟ ਰੈਂਕ ਦੇਣਾ, ਤੁਸੀਂ ਚਿੱਠੀ ਪੜ੍ਹ ਲਓ, ਤੁਹਾਨੂੰ ਸਾਰੇ ਜਵਾਬ ਮਿਲ ਜਾਣਗੇ, ਤੁਸੀਂ ਮੇਰੇ ਤੇ ਨਾ ਪਾਓ। ਜਾਂ ਤੱਕ ਉਹ ਜਾਂ ਤਾਂ ਉਹ ਪ੍ਰਗਟ ਸਿੰਘ ਵਾਂਗੂ ਜਾਂ ਇੱਕ ਹੋਰ ਨੇ, ਅੱਜ ਮੈਂ ਦੋਵਾਂ ਦੀ ਖਬਰ ਪੜ੍ਹੀ ਆ, ਹਰਪ੍ਰਤਾਪ ਅਜਨਾਲਾ ਜਿਨ੍ਹਾਂ ਨੇ ਰਿਫਿਊਜ਼ ਕਰਤਾ, ਰਿਫਿਊਜ਼ ਕਰ ਦੇਣ ਕਿ ਉਹ ਵਜ਼ੀਰੀ ਜਿਹੜੀ ਵਿਹਲੀ ਪਈ ਆ ਉਹ ਦੇ ਦਿਓ, ਮੈਂ ਇਹ ਨਹੀਂ ਲੈਣੀ, ਉਹ ਵੀ ਨਹੀਂ ਕਰਨਾ, ਸਵਾਦ ਸਾਰੇ ਲੈਣੇ ਆ। ਅਤੇ ਫਿਰ ਬਣਨਾ ਜਿਵੇਂ ਉਹ ਜਿਹੜਾ ਇੱਕ ਹੋਰ ਸਾਡਾ ਵੀਰ ਹੈ, ਨੈਤਿਕਤਾ ਦੇ ਪਾਠ ਪੜ੍ਹਾਉਂਦਾ, ਪਾਠ ਨੈਤਿਕਤਾ ਦੇ ਪੜ੍ਹਾਉਣੇ, ਇਹ ਦੋਵੇਂ ਕੰਮ ਨਹੀਂ ਚੱਲਣੇ ਜੀ। ਚਲੋ ਕੈਪਟਨ ਸਾਹਿਬ ਵਾਂਗੂ ਪੱਚ ਲਾ ਕੇ ਤਾਂ ਨਹੀਂ ਚਲਾ ਰਹੇ ਸਰਕਾਰ, ਆ ਜਿਹੜਾ ਪੱਚ ਅੱਜ ਲਾਇਆ, ਔਰ ਕੈਪਟਨ ਸਾਹਿਬ ਕੀ ਕਹਿ ਰਹੇ ਆ ਕੀ ਨਹੀਂ ਕਹਿ ਰਹੇ, ਬਾਹਲੀ ਗੰਭੀਰਤਾ ਨਾਲ ਨਾ ਕਹੋ, ਉਹਨਾਂ ਕਹੋ ਜੀ ਕੰਮ ਪੁੱਠੀ ਗਿਣਤੀ ਸ਼ੁਰੂ ਹੈ, ਬਚ ਜਾਓ ਜੇ ਬਚ ਸਕਦੇ ਹੋ, ਤੁਹਾਡੇ ਵਾਲੇ ਲਾਉਣ ਤੇ ਲੱਗੇ ਤੁਹਾਨੂੰ, ਸਾਸੀ ਤਾਂ ਇਕੱਲਾ ਬਾਹਰੋਂ ਇਹ ਜਾਂ ਤਾਂ ਦੁੱਖ ਸਾਂਝਾ ਕਰ ਲਾਂਗੇ ਜਾਂ ਵਧਾਈ ਦੇ ਦਿਆਂਗੇ ਕਿ ਬਚ ਗਏ, ਤੇ ਜਾਂ ਦੁੱਖ ਸਾਂਝਾ ਕਰ ਲਾਂਗੇ ਕਿ ਲੱਥ ਗਏ, ਸਾਡਾ ਕੀ ਹੈ। ਥੈਂਕ ਯੂ। ਹਾਂਜੀ ਬਿਲਕੁਲ, ਉਹਨੂੰ ਮੈਂ ਤਾਂ ਅੱਜ ਮੈਂ ਉਹਨਾਂ ਨਾਲ ਗੱਲ ਵੀ ਕੀਤੀ ਜੀ ਅੱਜ ਬਲਦੇਵ ਸਿੰਘ ਹੋਰਾਂ ਨਾਲ, ਔਰ ਦੇਖੋ ਬਲਦੇਵ ਸਿੰਘ, ਦੇਖੋ ਦਿਸ ਇਜ਼ ਦਾ ਮੋਸਟ ਇੰਪੋਰਟੈਂਟ, ਥੈਂਕ ਯੂ ਫੋਰ ਰੇਜ਼ਿੰਗ ਇਟ। ਬਲਦੇਵ ਸਿੰਘ ਕਿਹੜੀ ਪਾਰਟੀ ਨੂੰ ਬਿਲੋਂਗ ਕਰਦਾ ਜੀ? ਪੀ ਟੀ ਆਈ ਨੂੰ। ਇਮਰਾਨ ਖਾਨ ਕਿਹੜੀ ਪਾਰਟੀ ਦਾ ਪ੍ਰਧਾਨ ਹੈ? ਪੀ ਟੀ ਆਈ ਦਾ। ਮਾਈਨੋਰਿਟੀਜ਼ ਨਾਲ ਧੱਕਾ, ਹੁਣ ਮੈਂ ਨਹੀਂ ਕਹਿ ਰਿਹਾ, ਕੋਈ ਹੋਰ ਨਹੀਂ ਕਹਿ ਰਿਹਾ, ਇੱਕ ਸਧਾਰਨ ਪਾਕਿਸਤਾਨ ਦਾ ਨਾਗਰਿਕ ਨਹੀਂ ਕਹਿ ਰਿਹਾ, ਇੱਕ ਐਮ ਐਲ ਏ ਇਮਰਾਨ ਖਾਨ ਦੀ ਪਾਰਟੀ ਦਾ ਐਮ ਐਲ ਏ ਕਹਿ ਰਿਹਾ ਕਿ ਉੱਥੇ ਮਾਈਨੋਰਿਟੀਜ਼ ਦੀ ਕੋਈ ਸੁਣਵਾਈ ਨਹੀਂ। ਔਰ ਤੁਸੀਂ ਚਾਹੇ ਉਹ ਹਿੰਦੂ ਮਾਈਨੋਰਿਟੀ 'ਚ ਹੈ, ਚਾਹੇ ਉਹ ਸਿੱਖ ਮਾਈਨੋਰਿਟੀ 'ਚ ਹੈ, ਇਸ ਲਈ ਉਹਦੀ ਗੱਲ 'ਤੇ ਇਮਰਾਨ ਖਾਨ ਜੋ ਹਿਊਮਨ ਰਾਈਟਸ ਵਾਇਲੇਸ਼ਨ ਪਾਕਿਸਤਾਨ 'ਚ ਹੋ ਰਹੇ ਹੈ, ਉਹਦਾ ਮੈਂ ਸਮਝਦਾ ਯੂ ਐਨ ਸ਼ੁੱਡ ਟੇਕ ਨੋਟਿਸ, ਐਂਡ ਦ ਪਾਕਿਸਤਾਨ ਗਵਰਨਮੈਂਟ ਸ਼ੁੱਡ ਬੀ ਹੋਲਡ ਅਪ, ਐਂਡ ਐਟ ਦ ਸੇਮ ਟਾਈਮ ਇਹਨਾਂ ਨੂੰ ਐਮ ਐਲ ਏ ਸਾਹਿਬ ਨੂੰ ਜਿਹੜੇ ਆਏ ਹੈ ਉਹਨਾਂ ਨੂੰ ਅਸਾਈਲਮ ਜ਼ਰੂਰ ਮਿਲਣੀ ਚਾਹੀਦੀ। ਅਤੇ ਉਹ ਸਾਨੂੰ ਰਲ ਕੇ ਇਹ ਜੀ ਸਰਕਾਰ ਨੂੰ ਜਿਹੜੀ ਮਾਈਨੋਰਿਟੀਜ਼ ਦੇ ਉਲਟ ਹੈ ਉਹਨੂੰ ਐਕਸਪੋਜ਼ ਕਰਨਾ ਚਾਹੀਦਾ। ਨਾਲ ਹੀ ਮੇਰਾ ਉਹਨਾਂ ਦਾ ਜਿਹੜਾ ਇੱਥੇ ਠੋਕੋ ਤਾਲੀ ਜਿਹੜਾ ਕਹਿੰਦਾ ਸੀ ਜੀਵੇ ਜੀਵੇ ਪਾਕਿਸਤਾਨ, ਜੀਵੇ ਮੇਰਾ ਯਾਰ ਦਿਲਦਾਰ ਜੀਵੇ ਇਮਰਾਨ ਖਾਨ, ਮੈਂ ਉਹਨੂੰ ਸਵਾਲ ਪੁੱਛਦਾ ਕਿ ਦੱਸ ਆ ਆ ਇਹਦੇ ਜਵਾਬ ਦੇ ਇਸ ਬੰਦੇ ਦੇ। ਇਹ ਲੋਕਾਂ ਲਈ ਦੇਖੋ ਬੜਾ ਵੱਡੀ ਇਹ ਗੱਲ ਹੈ, ਉਦੋਂ ਸਿਆਣੇ ਲੋਕਾਂ ਨੇ ਤੁਹਾਡੇ ਇਹ ਜਰਨਲਿਸਟਾਂ ਨੇ ਗੱਲਾਂ ਉਠਾਈਆਂ ਸੀ, ਉਹ ਸਾਹਮਣੇ ਤੁਹਾਡੇ ਆ ਰਹੀਆਂ ਕਿ ਹੋ ਰਿਹਾ ਪਾਕਿਸਤਾਨ 'ਚ। ਗੁਰੂ ਨਾਨਕ ਸਾਹਿਬ ਦਾ 550 ਸਾਲਾ ਚੰਗੀ ਤਰ੍ਹਾਂ ਮਨਾਇਆ ਜਾਵੇ, ਸਤਿਕਾਰ ਨਾਲ ਮਨਾਇਆ ਜਾਵੇ, ਮਗਰ ਉਹਦਾ ਮਾਹੌਲ ਵੀ ਸਹੀ ਰੱਖਿਆ ਜਾਵੇ। ਇਹ ਨਹੀਂ ਕਿ ਕਦੇ ਮੈਂ ਨਿਊਕਲੀਅਰ ਬਟਨ ਨੱਪ ਦੂੰ, ਕਦੇ ਉਹ ਜਿਹੜੀ ਸਾਡੀ ਭੈਣ ਹੈ ਉਹਦੇ ਨਾਲ ਕੀ ਕੁਛ ਹੋ ਰਿਹਾ, ਜਿਹੜਾ ਗ੍ਰੰਥੀ ਸਿੰਘ ਹੈ ਉਹਦੀ ਬੇਟੀ ਨਾਲ, ਉਹ ਵਿਚਾਰੇ ਦਰ ਦਰ ਦੀਆਂ ਠੋਕਰਾਂ ਖਾ ਰਹੇ ਹੈ। ਸਾਰੇ ਇਸ਼ੂਜ਼ ਨੇ, ਔਰ ਦੀਜ਼ ਇਸ਼ੂਜ਼ ਸ਼ੁੱਡ ਬੀ ਐਡਰੈਸਡ। ਮਾਈਨੋਰਿਟੀਜ਼ ਦਾ ਸਤਿਕਾਰ ਹੋਣਾ ਚਾਹੀਦਾ, ਮਾਈਨੋਰਿਟੀਜ਼ ਦਾ ਧਿਆਨ ਰੱਖਣ ਲੱਗ ਜਾਣਾ ਚਾਹੀਦਾ। ਮੈਨੂੰ ਤਾਂ ਸੀਗਾ ਜੀ ਨਿਊਜ਼ 18 ਤੇ ਬਰਾੜ ਸਾਹਿਬ, ਤੁਹਾਡਾ ਨਾਂ ਬਰਾੜ ਸਾਹਿਬ ਹੀ ਹੈ ਨਾ ਪੂਰਾ ਅਗਲਾ, ਅਤੇ ਅੱਜ ਤੂੰ ਬਾਹਲੀ ਉਹ ਵੀ ਬਰਾੜ ਹੀ ਹੈ ਜਿਹਦੀ ਅੱਜ ਤੂੰ ਗੱਲ ਸਵਾਲ ਪੁੱਛੀ ਗਿਆ, ਆਓ ਭਾਓ ਦੇ ਇਹੋ ਜਿਹੀ ਆ। ਉਹ ਤੁਸੀਂ ਦੇਖੋ ਸੁਲਤਾਨਪੁਰ ਲੋਧੀ ਭੇਜਣ ਦਾ ਕੰਮ ਅਸੀਂ ਕਰਤਾ ਸਰਕਾਰ ਨੂੰ ਜਗਾਉਣ ਦਾ, ਮੈਂ ਗਿਆ ਸਾਂ ਡੇਰੇ ਬਾਬਾ ਨਾਨਕ ਸਾਹਿਬ, ਉੱਥੇ ਵੀ ਮੈਂ ਕਹਿ ਕੇ ਆਇਆ ਸੀ ਕਿ ਪੰਜਾਬ ਸਰਕਾਰ ਸੁੱਤੀ ਆ, ਲੋਕਾਂ ਨੇ ਲੱਖਾਂ ਦੀ ਕਰੋੜਾਂ ਦੀ ਗਿਣਤੀ 'ਚ ਆਉਣਾ ਅਤੇ ਇੱਥੇ ਪ੍ਰਬੰਧ ਜ਼ੀਰੋ। ਜੋ ਪੈਸਾ ਅੱਜ ਤੱਕ ਖਰਚ ਹੋ ਰਿਹਾ ਉਹ ਪੈਸਾ ਜੋ ਗਵਰਨਮੈਂਟ ਆਫ ਇੰਡੀਆ ਤੋਂ ਆਇਆ ਉਹੀ ਹੋ ਰਿਹਾ। ਇੱਕ ਸੂਬੇ ਦੀ ਸਰਕਾਰ ਗੂੜੀ ਨੀਂਦ 'ਚ ਸੁੱਤੀ ਆ ਜਾਂ ਆਪਦੀ ਸਰਕਾਰ ਬਚਾਉਣ 'ਤੇ ਸੁੱਤੀ ਆ? ਔਰ ਸੁਲਤਾਨਪੁਰ ਲੋਧੀ ਸਾਹਿਬ ਜਾ ਕੇ ਵੇਖੋ, ਮੈਂ ਕਹਿੰਦਾ ਜੀ ਇੱਕ ਕੰਮ ਹੋਇਆ ਹੋਵੇ। ਦੇਖੋ ਵਾਈਟ ਵਾਸ਼ ਵਾਸ ਦਾ ਬੇਸਿਕ, ਸਫਾਈ ਤੇ ਵਾਈਟ ਵਾਸ਼, ਉਹ ਕੰਮ ਨਹੀਂ ਸ਼ੁਰੂ ਹੋਇਆ ਅੱਜ। ਮਗਰ ਜੇ ਸਰਕਾਰ ਗਈ ਹੈ, ਅੱਜ ਡਰਾਮਾ ਤਾਂ ਹੋ ਗਿਆ ਕੈਬਨਿਟ ਦਾ, ਮਗਰ ਕੈਬਨਿਟ ਨੇ ਕੁਝ ਫੈਸਲੇ ਲੈਣੇ ਚਾਹੀਦੇ ਸੀ ਅੱਜ ਤੋਂ ਸਾਲ ਪਹਿਲਾਂ। ਉਹ ਕੈਬਨਿਟ ਦੇ ਫੈਸਲੇ ਜੇ ਅੱਜ ਇੰਪਲੀਮੈਂਟ ਹੋਏ ਹੁੰਦੇ ਤੇ ਅੱਜ ਸੁਲਤਾਨਪੁਰ ਲੋਧੀ ਸਾਹਿਬ ਦਾ ਨਕਸ਼ਾ ਕੁਝ ਹੋਰ ਹੋਇਆ ਹੁੰਦਾ, ਜੇ ਬਾਬੇ ਨਾਨਕ ਦਾ ਪਿੰਡ ਬਣ ਰਿਹਾ ਹੈ ਜਾਂ ਉੱਥੇ ਹੋਰ ਕੁਝ ਹੋ ਰਿਹਾ ਕੰਮ, ਉਹ ਸਾਰੇ ਤਾਂ ਗਵਰਨਮੈਂਟ ਆਫ ਇੰਡੀਆ ਕਰ ਰਹੀ ਹੈ। ਜਾਂ ਉਹ ਸੜਕ ਅਖੀਰ 'ਚ ਬਣ ਰਹੀ ਹੈ, ਡੇਰਾ ਬਾਬਾ ਨਾਨਕ ਸਾਹਿਬ 'ਚ ICP ਬਣ ਰਹੀ ਹੈ, ਉਹਦੇ 'ਚ ਦੱਸੋ ਇਹ ਕੀ ਕਰ ਰਹੇ? ਹਾਂ ਇੱਕ ਕੰਮ ਜ਼ਰੂਰ ਕਰ ਰਹੇ, ਜਿਹੜੀ ਪ੍ਰਤਾਪ ਬਾਜਵਾ ਨੇ ਚਿੱਠੀ ਲਿਖੀ ਸੀ ਕਿ ਉੱਥੇ ਹਰ ਦੂਜੇ ਤੀਜੇ ਦਿਨ ਕੰਮ ਰੁਕ ਜਾਂਦਾ ਹੈ ਕਿਉਂਕਿ ਜਿਹੜੇ ਲੋਕਲ ਲੀਡਰ ਨੇ ਉਹ ਸ਼ਾਇਦ ਕੁਛ ਚਾਹੁੰਦੇ ਆ ਉਹ ਮਾਈਨਿੰਗ 'ਚੋਂ, ਉਹਨਾਂ ਨੂੰ ਮਿਲਦਾ ਨਹੀਂ, ਉਹ ਤਾਂ ਪ੍ਰਤਾਪ ਸਿੰਘ ਬਾਜਵਾ ਜੀ ਲਿਖ ਰਹੇ, ਮੈਂ ਤਾਂ ਕਹਿ ਨਹੀਂ ਰਿਹਾ। ਸੋ ਇਹ ਹਾਲਾਤ ਅਸਲੀਅਤ ਨੇ,
ਔਰ ਇਸ ਹਾਲਾਤਾਂ ਨੂੰ ਛੇਤੀ ਤੋਂ ਛੇਤੀ ਇਸ ਇਸ਼ੂ ਨੂੰ ਪੋਲੀਟਿਸਾਈਜ਼ ਨਾ ਹੋਵੇ। ਸਾਢੇ 500 ਸਾਲਾਂ ਬੜੇ ਸਤਿਕਾਰ ਨਾਲ ਜਿਵੇਂ ਅਕਾਲ ਤਖ਼ਤ ਸਾਹਿਬ ਜਥੇਦਾਰ ਸਾਹਿਬ ਨੇ ਕਿਹਾ ਕਿ ਰਲ ਮਿਲ ਕੇ ਮਨਾਈਏ, ਉਹ ਰਲ ਮਿਲ ਕੇ ਮਨਾਇਆ ਜਾਵੇ। ਇਹ ਮੇਰੀ ਆਸ ਹੈ ਔਰ ਇਹ ਬੇਨਤੀ ਹੈ। ਔਰ ਮਗਰ ਅੱਜ ਦੇ ਡਰਾਮੇ ਨਾਲ ਗੱਡੀ ਨਹੀਂ ਚੱਲਣੀ। ਜੋ ਸੂਬੇ ਸਰਕਾਰ ਦੀ ਇਸ ਸਾਢੇ 500 ਸਾਲਾਂ ਨੂੰ ਸਕਸੈਸ ਬਣਾਉਣ ਲਈ ਜੋ ਜ਼ਿੰਮੇਵਾਰੀ ਬਣਦੀ ਹੈ, ਜੋ ਅਰੇਂਜਮੈਂਟਸ ਕਰਨੀਆਂ ਬਣਦੀਆਂ ਨੇ, ਦੇ ਆਰ ਟੂ ਲੇਟ। ਅੱਜ ਜੇ 24/7 ਵੀ ਕੰਮ ਕਰਨ ਤਾਂ ਦੈਨ ਆਲਸੋ ਦੇ ਵਿਲ ਨੋਟ ਬੀ ਏਬਲ ਟੂ ਮੀਟ ਦੇ ਟਾਰਗੇਟ। ਸਰਕਾਰ ਬਚੇ ਨਾ ਬਚੇ ਤਾਂ ਰੱਬ ਦੇ ਹੱਥ 'ਚ ਹੈ, ਮਗਰ ਸਾਢੇ 500 ਸਾਲਾਂ ਮਨਾਇਆ ਜਾਊਗਾ, ਕੋਈ ਮੁੱਖ ਮੰਤਰੀ ਹੋਵੇ ਨਾ ਹੋਵੇ, ਔਰ ਉਹਦੀ ਤਿਆਰੀ ਪੂਰੀ ਚਾਹੀਦੀ ਹੈ। ਠੀਕ ਹੈ ਜੀ। ਔਰ ਮੈਂ ਵੈਸੇ ਦੱਸਦਾ ਮੇਰਾ ਉਹਦੇ ਨਾਲ ਪਿਆਰ ਬੜਾ, ਮੈਂ ਬਰਾੜਾ ਨਾਲ ਇੱਕੋ ਮੇਰੀ ਗੱਲ ਕਿੱਥੇ ਤੂੰ ਗੁੱਸਾ ਹੀ ਨਾ ਕਰ ਜੇ ਮੇਰੀ ਗੱਲ।